सत श्री अकाल जी, मैं गुरिंदर मंगवाल। सारे भरावां नूं बेनती है भी वीडियो नूं वध तों वध शेयर करो तां जो हर एक पंजाब दे मिस्त्री तक यह गल पहुंच सके। ते सारे भरावां नूं बेनती है भी अपना भरा जगतार सिंह जग्गी पिंडरां जो अपनी मशीन दे 6 इंची मशीन उत्ते काम करदा सीगा तां जिथे बोर लाउण लगे सी भी उरों मेन सप्लाई थल्लों दी लंघ रही सीगी ते जद उह कटर लाउण लगे तां मशीन दे विच करंट आ गया ते भरा दी मौके ते ही मौत हो गई। ਤਾਂ ਸਾਰੇ ਵੀਰਾਂ ਨੂੰ ਬੇਨਤੀ ਆ, ਸਾਰੇ ਮਿਸਤਰੀਆਂ ਨੂੰ ਜਿੱਥੇ ਵੀ ਬੋਰ ਲਾਉਣਾ ਇੱਕ ਵਾਰ ਹੈ ਨਾ ਜ਼ਿਮੀਦਾਰ ਭਰਾ ਤੋਂ ਜ਼ਰੂਰ ਪੁੱਛ ਲਿਆ ਕਰੋ ਤੇ ਉੱਪਰ ਕਰੰਟ ਵਾਲੀਆਂ ਤਾਰਾਂ ਤੇ ਜ਼ਰੂਰ ਨਿਗਾ ਰੱਖਿਆ ਕਰੋ ਵੀ ਉੱਪਰ ਹੈਗੀਆਂ ਨਾ ਹੈਗੀਆਂ ਜਾਂ ਥੱਲੇ ਇਹ ਥੱਲੋਂ ਦੀ ਸਪਲਾਈ ਲੰਘ ਰਹੀ ਸੀ। ਜ਼ਿਮੀਦਾਰ ਭਰਾ ਨੂੰ ਵੀ ਇਹ ਪਤਾ ਨਹੀਂ ਸੀਗਾ ਵੀ ਉਰੋਂ ਦੀ ਸਪਲਾਈ ਲੰਘ ਰਹੀ ਆ ਥੱਲੋਂ ਦੀ, ਕਿਉਂਕਿ ਇਸ ਭਰਾ ਨੇ ਵੀ ਮਕਾਨ ਇਸ ਨੂੰ ਮੁੱਲ ਲੈਤਾ ਸੀਗਾ ਤੇ ਉਹਨੂੰ ਨਾ ਪਤਾ ਹੋਣ ਕਰਕੇ ਤਾਂ ਪਤਾ ਨਹੀਂ ਲੱਗਿਆ। ਜਦੋਂ ਕਟਰ ਚਲਾਉਣ ਲੱਗੇ ਤਾਂ ਸਾਰੀ ਮਸ਼ੀਨ ਦੇ ਵਿੱਚ ਕਰੰਟ ਆ ਗਿਆ ਤੇ ਦੋ ਜਣੇ ਕਰੰਟ ਬਚਿਆ ਜਿਹਦੇ ਵਿੱਚੋਂ ਜਗਤਾਰ ਦਾ ਪੂਰਾ ਹੋ ਗਿਆ ਤੇ ਸੱਤਾ ਆਪਣਾ ਜੋ ਨਾਲ ਲੇਬਰ ਦਾ ਕੰਮ ਕਰਦਾ ਸੀਗਾ ਉਹ ਮੁੰਡਾ ਬਚ ਗਿਆ। ਤਾਂ ਵੀਰੇ ਇਸ ਜ਼ਿਮੀਦਾਰ ਭਰਾ ਨੇ ਵੀ ਇੱਕ ਆਪਦਾ ਇਨਸਾਨੀਅਤ ਨਾਤੇ ਹਨ ਆਪਦਾ ਫਰਜ਼ ਸਮਝਦੇ ਹੋਏ ਮ੍ਰਿਤਕ ਪਰਿਵਾਰ ਦੀ ਬਹੁਤ ਵੱਡੀ ਹੈਲਪ ਕੀਤੀ ਆ। ਜੋ ਉਹਦੇ ਬੱਚਾ ਸੀਗਾ 5 ਸਾਲ ਦਾ, ਗੁੜੀਆ ਸੀਗੀ 5 ਸਾਲ ਦੀ, 8 ਸਾਲ ਦਾ ਬੱਚਾ ਸੀਗਾ ਮੁੰਡਾ, ਤਾਂ ਉਹਨਾਂ ਪਰਿਵਾਰ ਦੀ ਵਧੀਆ ਪੂਰੀ ਮਦਦ ਕੀਤੀ ਆ। ਤਾਂ ਮੇਰੀ ਸਾਰੇ ਮਿਸਤਰੀਆਂ ਨੂੰ ਬੇਨਤੀ ਹੈ ਨਾ ਜਿੱਥੇ ਵੀ ਆਪਾਂ ਕੰਮ ਕਰਦੇ ਹਾਂ ਵੀਰੇ ਇੱਕ ਵਾਰ ਜ਼ਰੂਰ ਜ਼ਿਮੀਦਾਰ ਭਰਾ ਤੋਂ ਪੁੱਛਿਆ ਕਰੋ ਵੀ ਉਰੋਂ ਦੀ ਕੋਈ ਲੈਂਡ ਸਪਲਾਈ ਲੰਘਦੀ ਹੈ ਜਾਂ ਨਾ ਲੰਘਦੀ ਆ। ਜੇ ਨਹੀਂ ਵੀ ਪਤਾ ਹੁੰਦਾ ਤਾਂ ਆਪਾਂ ਵੀ ਜ਼ਰੂਰ ਇੱਕ ਵਾਰ ਆਪਾਂ ਚੈੱਕ ਕਰਿਆ ਕਰੋ। ਹੱਥ ਨਾਲ ਟੋਆ ਪੱਟ ਗਿਆ, ਦੇਖੋ ਮੇਨ ਸਪਲਾਈ ਦੀ ਜੋ ਸਿੱਧੀ ਹੀ ਡਾਇਰੈਕਟ ਥੱਲੋਂ ਦੀ ਉਧਰ ਨੂੰ ਘਰ ਵੱਲ ਜਾ ਰਹੀ ਸੀਗੀ ਤੇ ਜ਼ਿਮੀਦਾਰ ਭਰਾ ਨੂੰ ਪਤਾ ਨਹੀਂ ਸੀਗਾ ਤੇ ਜਦੋਂ ਕਟਰ ਮਾਰ ਲੱਗੇ ਤਾਂ ਸਿੱਧਾ ਤਾਰਾਂ ਉੱਤੇ ਵੱਜਿਆ ਤੇ ਸਾਰੀ ਮਸ਼ੀਨ ਦੇ ਵਿੱਚ ਕਰੰਟ ਆ ਗਿਆ ਤੇ ਭਰਾ ਆਪਣਾ ਪੂਰਾ ਹੋ ਗਿਆ। ਤਾਂ ਸਾਰੇ ਮਿਸਤਰੀਆਂ ਨੂੰ ਪੰਜਾਬ ਦਿਆਂ ਨੂੰ ਬੇਨਤੀ ਆ ਕਿਤੇ ਵੀ ਆਪਾਂ ਹੈ ਨਾ ਥੋੜ੍ਹੇ ਮੋਟੇ ਲਾਲਚ ਦੇ ਵਿੱਚ ਹੈ ਨਾ ਕੰਮ ਕਰਦੇ ਹਾਂ ਉੱਪਰ ਜ਼ਰੂਰ ਤਾਰਾਂ ਦਾ ਧਿਆਨ ਰੱਖਿਆ ਕਰੋ, ਥੱਲੋਂ ਧਿਆਨ ਰੱਖਿਆ ਕਰੋ ਤਾਂ ਜੋ ਇਹੋ ਜਿਹੀ ਅਣਹੋਣੀ ਨਾ ਹੋਵੇ, ਕਿਉਂਕਿ ਜ਼ਿੰਦਗੀ ਦੇ ਵਿੱਚ ਇੱਕ ਵਾਰ ਨੁਕਸਾਨ ਹੋਇਆ ਮੁੜ ਕੇ ਭਰਪਾਈ ਨਹੀਂ ਹੁੰਦਾ ਹੈਗਾ। ਤਾਂ ਸਾਰੇ ਭਰਾਵਾਂ ਨੂੰ ਬੇਨਤੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਹਰ ਇੱਕ ਮਿਸਤਰੀ ਤੱਕ ਪਹੁੰਚ ਸਕੇ ਤੇ ਸਾਡੇ ਜਗਤਾਰ ਜੱਗੀ ਭਰਾ ਦੀ ਹੈ ਨਾ ਆਤਮਾ ਨੂੰ ਸ਼ਾਂਤੀ ਮਿਲੇ ਅੱਜ ਸੰਸਕਾਰ ਦੀ ਵੀਰ ਦਾ। ਤੇ ਮਨ ਵੈਸੇ ਬਹੁਤ ਉਦਾਸ ਹੈਗਾ ਕਿਉਂ ਭਰਾ ਸਾਡਾ 24 ਘੰਟੇ ਸਾਡੇ ਨਾਲ ਹੀ ਰਹਿੰਦਾ ਸੀਗਾ, ਸਾਡੇ ਵਿੱਚ ਹੀ ਰਹਿੰਦਾ ਸੀਗਾ ਤੇ ਬਹੁਤ ਹੀ ਨਰਮ ਸੁਭਾਅ ਦਾ ਮੁੰਡਾ ਸੀਗਾ ਜਗਤਾਰ ਜੱਗੀ ਭਿੰਡਰਾਂ ਤੋਂ। ਤਾਂ ਸਾਰੇ ਭਰਾਵਾਂ ਨੂੰ ਬੇਨਤੀ ਹੈ ਮਿਸਤਰੀਆਂ ਨੂੰ ਹੈ ਨਾ ਪੰਜਾਬੀਆਂ ਨੂੰ ਜ਼ਰੂਰ ਜਿੱਥੇ ਵੀ ਮਸ਼ੀਨ ਲਾਉਣਾ ਤਾਂ ਦੇਖ ਕੇ ਲਾਇਆ ਕਰੋ। ਧੰਨਵਾਦ ਜੀ।